ਅਸੀਂ ਬਚਪਨ ਤੋਂ ਹੀ ਆਪਣੇ ਬਜ਼ੁਰਗਾਂ ਤੋਂ ਆਪਣੇ ਮਾਂ ਬਾਪ ਤੋਂ ਸਭ ਤੋਂ ਪਹਿਲਾਂ ਕੁਝ ਸਿੱਖਦੇ ਹਾਂ ਅਤੇ ਜਦੋਂ ਅਸੀਂ ਵੱਡੇ ਹੁੰਦੇ ਹਾਂ ਉਹਨਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ ਅਤੇ ਫਿਜ਼ੀਕਲ ਫਾਰਮ 'ਚ ਤੁਸੀਂ ਅਕਸਰ ਕਹਿੰਦੇ ਹੋ ਸਤਸੰਗ 'ਚ ਆਪਣੇ ਮਾਂ ਬਾਪ ਦੀ ਸੇਵਾ ਕਰਨੀ ਸਭ ਤੋਂ ਵੱਡੀ ਸੇਵਾ ਹੈ ਅਤੇ ਬਟ ਬਾਬਾ ਜੀ ਕਦੀ ਕਦੀ ਲਾਈਫ 'ਚ ਹੁੰਦਾ ਹੈ ਕਿ ਅਸੀਂ ਦੇਖਦੇ ਹਾਂ ਕਿ ਸਾਡੇ ਪੇਰੈਂਟਸ ਨੇ ਚਾਹੇ ਸਾਡੇ ਵੱਡੇ ਬਜ਼ੁਰਗ ਨੇ ਉਹ ਕੁਛ ਗਲਤ ਕਰ ਰਹੇ ਨੇ ਚਾਹੇ ਉਹ ਕੋਈ ਗਲਤ ਡਿਸੀਜ਼ਨ ਲੈ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਚੀਜ਼ਾਂ ਨੂੰ ਮਨ੍ਹਾ ਕਰਦੇ ਹੋ ਪਹਿਲਾਂ ਚਾਹੇ ਗੁਰੂਆਂ ਨੇ ਮਨ੍ਹਾ ਕੀਤਾ ਹੈ ਚਾਹੇ ਉਹ ਜਿੱਦਾਂ ਕਾਸਟਿਜ਼ਮ 'ਚ ਬਿਲੀਵ ਕਰਨਾ ਹੈ ਜਾਤ ਪਾਤ 'ਚ ਪੈਣਾ ਜਾਂ ਹੋਰ ਵਹਿਮਾਂ ਭਰਮਾਂ 'ਚ ਪੈਣਾ ਤਾਂ ਉਸ ਮੌਕੇ 'ਤੇ ਸਾਨੂੰ ਉਹਨਾਂ ਨੂੰ ਰੋਕਣਾ ਚਾਹੀਦਾ ਹੈ ਅਤੇ ਕਿਸ ਤਰ੍ਹਾਂ ਜੇ ਰੁਕੀਏ ਤਾਂ ਕਿਸ ਤਰ੍ਹਾਂ ਰੁਕੀਏ ਬੇਟਾ ਦੇਖੋ ਉਹ ਸਾਡੇ ਬਜ਼ੁਰਗ ਹੈ ਅਸੀਂ ਉਹਨਾਂ ਦੇ ਬਜ਼ੁਰਗ ਨਹੀਂ ਗੇ ਠੀਕ ਹੈ ਨਾ ਤੁਸੀਂ ਆਪਣੀ ਕਰਨੀ ਦਾ ਹਿਸਾਬ ਕਿਤਾਬ ਦੇਣਾ ਕਿਸੇ ਹੋਰ ਦੀ ਕਰਨੀ ਦਾ ਹਿਸਾਬ ਕਿਤਾਬ ਨਹੀਂ ਦੇਣਾ ਕੀ ਮਜ਼ਬੂਰੀ ਹੈ ਕਿਉਂ ਇਸ ਤਰ੍ਹਾਂ ਕਰ ਰਹੇ ਹੈ ਕਿਉਂ ਆਦਤ ਪਈ ਵੀ ਹੈ ਕਿ ਇਹਨਾਂ ਚੀਜ਼ਾਂ 'ਚੋਂ ਨਿਕਲ ਨਹੀਂ ਸਕਦੇ ਉਹ ਉਹਨਾਂ ਦੀਆਂ ਕਮੀਆਂ ਉਹਨਾਂ ਦੀਆਂ ਮਜ਼ਬੂਰੀਆਂ ਤੁਸੀਂ ਸਿੱਖੋ ਔਰ ਤੁਸੀਂ ਆਪਣੇ ਆਪ ਨੂੰ ਬਚਾਓ ਬਟ ਬਾਬਾ ਜੀ ਕਦੀ ਕਦੀ ਫਿਰ ਕਹਿਣ ਆਪਣੇ ਤੁਹਾਨੂੰ ਨਹੀਂ ਪਤਾ ਤੁਸੀਂ ਵੀ ਇਸੇ ਤਰ੍ਹਾਂ ਥੋੜ੍ਹਾ ਫੋਲੋ ਕਰੋ ਸੋ ਉਸ ਉਸ ਸਿਚੁਏਸ਼ਨ 'ਚ ਫਿਰ ਆਪਾਂ ਕੀ ਕਰੀਏ ਨਹੀਂ ਤੁਸੀਂ ਕਹੋ ਕਿ ਜੀ ਸਤਸੰਗ 'ਚ ਇਹ ਕਿਹਾ ਜਾਂਦਾ ਮੈਂ ਤਾਂ ਉਸੇ ਤਰ੍ਹਾਂ ਚੱਲਣਾ ਹੈਗਾ ਠੀਕ ਅਤੇ ਬਾਬਾ ਜੀ ਇੱਕ ਹੈ ਜਿੱਦਾਂ ਜਿਸ ਤਰ੍ਹਾਂ ਮੈਂ ਜੋਬ ਕਰ ਰਿਹਾ ਟੀਚ ਐਜ਼ ਅ ਟੀਚਰ ਹੈ ਕਾਲਜ 'ਚ ਸੋ ਕਾਲਜ ਵਿੱਚ ਕਈ ਵੇਲੇ ਸਾਡੇ ਜੋ ਸੀਨੀਅਰਸ ਹੁੰਦੇ ਨੇ ਉਹ ਸਾਨੂੰ ਐਡਮਿਸ਼ਨ ਦੇ ਟਾਈਮ 'ਤੇ ਸਪੈਸ਼ਲੀ ਕਹਿ ਦਿੰਦੇ ਨੇ ਕਿ ਬੱਚਿਆਂ ਨੂੰ ਐਡਮਿਸ਼ਨ ਪਾਉਣ ਲਈ ਚਾਹੇ ਕੁਛ ਤੁਸੀਂ ਝੂਠ ਬੋਲ ਦਿਓ ਕੋਈ ਗੱਲ ਬੋਲ ਦਿਓ ਬਟ ਮੈਂ ਕਦੀ ਮੇਰਾ ਦਿਲ ਨਹੀਂ ਕਰਦਾ ਇਸ ਤਰ੍ਹਾਂ ਬੋਲਣਾ ਕਿਉਂਕਿ ਐਜ਼ ਅ ਟੀਚਰ ਬੱਚਿਆਂ ਨੇ ਕੱਲ੍ਹ ਮੇਰੇ ਤੋਂ ਸਿੱਖਣਾ ਹੈ ਸਪੈਸ਼ਲੀ ਕਿਉਂਕਿ ਮੈਂ ਇੱਕ ਜਰਨਲਿਜ਼ਮ ਦਾ ਟੀਚਰ ਹਾਂ ਅਤੇ ਜਰਨਲਿਜ਼ਮ 'ਚ ਸੱਚ ਬੋਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਫਿਰ ਉਹ ਮੈਂ ਠੀਕ ਕਰਦਾ ਨਾ ਕਿ ਮੈਂ ਝੂਠ ਜੇ ਨਹੀਂ ਬੋਲਦਾ ਬੱਚਿਆਂ ਨੂੰ ਨਹੀਂ ਬੇਟਾ ਆਪਾਂ ਆਪਾਂ ਨਹੀਂ ਦੇਖੋ ਜੋ ਆਪਾਂ ਕਰਾਂਗੇ ਨਾ ਉਹਦਾ ਕਰਮ ਸਾਡੇ 'ਤੇ ਪਊਗਾ ਤੁਸੀਂ ਨਾ ਕਰੋ ਆਪਾਂ ਕਿਸੇ ਦੇ ਉੱਤੇ ਉਂਗਲੀ ਨਹੀਂ ਉਠਾਉਣੀ ਆਪਾਂ ਦੂਜਿਆਂ ਨੂੰ ਮੱਤ ਨਹੀਂ ਦੇਣੀ ਠੀਕ ਹੈ ਨਾ ਪਰ ਆਪਾਂ ਨਹੀਂ ਕਰ ਬਾਬਾ ਜੀ ਅੱਗੇ ਲਾਈਫ 'ਚ ਸੁੱਖ ਦੁੱਖ ਸਹਿਣ ਦੇ ਜੋ ਵੀ ਆਉਣੇ ਉਹਨਾਂ ਨੂੰ ਹਿੰਮਤ ਦੇਣਾ ਅਤੇ ਭਜਨ ਸਿਮਰਨ ਕਰਨਾ